ਹੋ ਰਿਹਾ ਜੀ ਚਰਨ ਜੀ ਕੀ ਮਾਮਲਾ ਕੀ ਹੋਇਆ ਜੀ ਅੱਜ ਲੁਧਿਆਣੇ ਆਏ ਹੋ ਰੋਸ਼ ਪਰਦੇ 2 ਸਾਲ ਹੋ ਗਏ ਜੀ ਮੈਨੂੰ ਨਸ਼ਿਆਂ ਖਿਲਾਫ ਲੜਦੀ ਨੂੰ ਮੈਨੂੰ ਖਾਮਿਆ ਜਾਏ ਭੋਗਣਾ ਪਿਆ ਨਸ਼ੇ ਖਿਲਾਫ ਬੋਲਣ ਦਾ ਕਿ ਮੇਰੇ ਉੱਤੇ ਨਾਲੇ ਤਾਂ ਹਮਲਾ ਕਰਾਇਆ ਮੇਰੀ ਇੱਜ਼ਤ ਨੂੰ ਹੱਥ ਪਾਇਆ ਨਸ਼ਾ ਮਾਫੀਆ ਨੇ ਉਲਟਾ ਮੇਰੇ ਤੇ ਮੇਰੀ ਮਾਂ ਤੇ ਹੀ ਪਰਚੇ ਕਰਤੇ ਕਹਿੰਦਾ ਤੁਸੀਂ ਉਹਨਾਂ ਤੇ ਜਾਨਲੇ ਮਾਮਲਾ ਕੀਤਾ ਮੇਰੇ ਜਖਮਾਂ ਨੂੰ ਇਹਨਾਂ ਨੇ ਅੱਖਾਂ ਹੋਲੇ ਕਰਤਾ ਮੈਂ ਤੇ ਮਰਨ ਲਈ ਆਈ ਹਾਂ ਮੇਰੇ ਪੱਲੇ ਕੁਝ ਵੀ ਨਹੀਂ ਰਿਹਾ ਅੱਜ ਮੇਰੀ ਇੱਜ਼ਤ ਮੇਰੇ ਪੱਲੇ ਨਹੀਂ ਰਹੀ ਮੈਨੂੰ ਜ਼ਿੱਲਤ ਦੀ ਜ਼ਿੰਦਗੀ ਨਹੀਂ ਚਾਹੀਦੀ ਮੇਰੀ ਮੌਤ ਦਾ ਜ਼ਿੰਮੇਵਾਰ ਹੈ ਸਸਮੀਆ ਝੂਠੇ ਪਰਚੇ ਕਰਤੇ ਮੇਰੇ ਘਰੋਂ ਬੇਘਰ ਕਰਤਾ ਮੈਨੂੰ ਮੈਂ ਘਰੇ ਵੀ ਨਹੀਂ ਜਾ ਸਕਦੀ ਸਾਨੂੰ ਡਰ ਲੱਗਦਾ ਘਰ ਜਾਣ ਤੋਂ ਘਰ ਜਾਂਦੇ ਨੂੰ ਡਰ ਲੱਗਦਾ ਕਿ ਕੁੱਟ ਮਾਰ ਰਹੀ ਸੀ ਅੱਜ ਤੱਕ ਘਰੇ ਨਹੀਂ ਬੜੇ ਹੈਗੇ ਉਹ ਬੰਦੇ ਅੱਜ ਵੀ ਖੁੱਲੇ ਘੁੰਮ ਰਹੇ ਐਸਐਸਪੀ ਦੀ ਸ਼ਾਇਦ ਤੇ ਖੁੱਲੇ ਘੁੰਮ ਰਹੇ ਬੰਦੇ ਅੱਜ ਵੀ ਐਸਐਸਪੀ ਖੰਨਾ ਬਾਕੀ ਸਾਰੇ ਆਈਪੀਐਸ ਅਫਸਰ ਬਦਲ ਦਿੱਤੇ ਉਹ ਐਨਾ 2-3 ਸਾਲ ਤੋਂ ਲਗਾਤਾਰ ਉੱਥੇ ਗੁਰਕੀਰਤ ਕੋਟਲੀ ਨੇ ਉਹਨੇ ਸਪੈਸ਼ਲ ਲਾਇਆ ਇਹ ਨਸ਼ਾ ਤਸਕਰ ਸਾਰੇ ਇਕੱਠੇ ਹੋਏ ਨੇ ਐਸਐਸਪੀ ਪੂਰਾ ਡਰਗ ਮਾਮਲਾ ਐਸਐਸਪੀ ਨੈਕਸਸ ਬਣਿਆ ਹੋਇਆ ਬਾਕੀ ਆਈਪੀਐਸ ਪੀਸੀਐਸ ਸਾਰੇ ਅਫਸਰ ਬਦਲ ਦਿੱਤੇ ਗਏ ਕੀ ਗੱਲ ਖੰਨਾ ਵਾਲਾ ਇਹ ਕਿਉਂ ਨਹੀਂ ਬਦਲਿਆ ਗਿਆ ਇਹਦੇ ਵਿੱਚ ਕੀ ਮਾਮਲਾ ਹੈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਗੁਰਕੀਰਤ ਕੋਟਲੀ ਨੇ ਉਸ ਨੂੰ ਸਪੈਸ਼ਲ ਲਾਇਆ ਹੈ ਜੀ ਸੀਐਮ ਚੰਨੀ ਨੂੰ ਮਿਲ ਕੇ ਉਹਨਾਂ ਨੇ ਕੀ ਆਸ਼ਵਾਸਨ ਦਿੱਤਾ ਸੀ ਉਹਨਾਂ ਡੀਜੀਪੀ ਸਾਹਿਬ ਡੀਜੀਪੀ ਨੂੰ ਸਾਹਿਬ ਫੋਨ ਕੀਤਾ ਸੀ ਉੱਥੇ ਡੀਜੀਪੀ ਇੱਥੇ ਡੀਜੀਪੀ ਸਾਹਿਬ ਨੇ ਇੱਥੇ ਐਸਐਸਪੀ ਦੀ ਕਲਾਸ ਵੀ ਲਾਈ ਪਰ ਇਹਨੇ ਉਹਨਾਂ ਦੇ ਉਸ ਰੋਹ ਦੇ ਵਿੱਚ ਆ ਕੇ ਸਾਡੇ ਤੇ ਉਲਟਾ ਪਰਚੇ ਕੱਢ ਦਿੱਤੇ ਵੀ ਤੁਸੀਂ ਡੀਜੀਪੀ ਸਾਹਿਬ ਨੂੰ ਕਾਤੇ ਮਿਲ ਕੇ ਆਏ ਹੋ ਕੀ ਲੱਗਦਾ ਸੀਐਮ ਸਾਹਿਬ ਦੀ ਨਹੀਂ ਮੰਨੀ ਗਈ ਸੀਐਮ ਸਾਹਿਬ ਨੇ ਡੀਜੀਪੀ ਨੂੰ ਫੋਨ ਕਰਿਆ ਉਹਨਾਂ ਨੇ ਇਹਨਾਂ ਨੂੰ ਫੋਨ ਕਰਿਆ ਇਸ ਦੇ ਮਾਮਲੇ ਵਿੱਚ ਵੀ ਮੇਰੀ ਉਹਨਾਂ ਨੇ ਚੰਗੀ ਕਲਾਸ ਲਾਈ ਇਹਦੀ ਹਦਕ ਕਰੀ ਇਹ ਹਦਕ ਮਹਿਸੂਸ ਕਰਦਾ ਤਰਸਾਂ ਦੇ ਨਾਲ ਰਲਿਆ ਹੋਇਆ ਹੈ ਇਹ ਪੂਰਾ ਆਪ ਡਰੱਗ ਮਾਫੀਆ ਦਾ ਕੰਮ ਕਰਾ ਰਿਹਾ ਇਹਦੇ ਅਸੀਂ ਪੂਰੇ ਪ੍ਰੂਫ ਲੈ ਕੇ ਇਹਦੇ ਕੋਲ ਜਾ ਚੁੱਕੇ ਹਾਂ ਸਾਡੇ ਨਾਲ ਆ ਕੇ ਜੇ ਇਹਦੇ ਵਿੱਚ ਹਿੰਮਤ ਹੈ ਡਿਬੇਟ ਕਰੇ ਇੱਕ ਵੀ ਸਵਾਲ ਦਾ ਜਵਾਬ ਦੇ ਦੇ ਸਾਰੀ ਉਮਰ ਦਾ ਪਾਣੀ ਭਰਾਂਗੇ ਤੁਸੀਂ ਮਾਛੀਵਾੜੇ ਨਾਲ ਸੰਬੰਧਿਤ ਮਾਛੀਵਾੜੇ ਥਾਣੇ 'ਚ ਮਾਮਲਾ ਦਰਜ ਹੋਇਆ ਮਾਛੀਵਾੜੇ ਮਾਮਲੇ ਦੇ ਵਿੱਚ ਅਸੀਂ ਬਹੁਤ ਪਰਚੇ ਦਰਜ ਕਰਾਏ ਨੇ ਐਸਐਸਪੀ ਆਈਜੀ ਨੌਨਿਹਾਲ ਕੋਲ ਵੀ ਆਏ ਹਾਂ ਆਈਜੀ ਨੌਨਿਹਾਲ ਕਹਿੰਦਾ ਐਸਐਸਪੀ ਇਹਦਾ ਹੱਲ ਨਹੀਂ ਕਰ ਸਕਦਾ ਜਦ ਆਈਜੀ ਨੌਨਿਹਾਲ ਵੀ ਕੋਈ ਇਹ ਗੱਲਾਂ ਕਹਿੰਦਾ ਹੈ ਪੰਜਾਬ ਪੁਲਿਸ ਦੀ ਸਭ ਤੋਂ ਇਹ ਮਾੜੀ ਗੱਲ ਹੈ ਪੰਜਾਬ ਪੁਲਿਸ ਦੇ ਬਸ ਦੀ ਗੱਲ ਨਹੀਂ ਰਹੀ ਇਹ ਆਪ ਪਕਾ ਰਹੀ ਹੈ ਨਸ਼ਾ ਤੁਹਾਡੇ ਨਾਲ ਚਮਕੌਰ ਸਾਹਿਬ ਜਿੱਥੇ ਮੁੱਖ ਮੰਤਰੀ ਸਾਹਿਬ ਦੀ ਰਿਹਾਇਸ਼ ਹੈਗੀ ਹੈ ਕਿ ਲੱਗਦਾ ਉੱਥੇ ਜਾ ਕੇ ਦੁਬਾਰਾ ਤੋਂ ਉਹਨਾਂ ਨਾਲ ਮੁਲਾਕਾਤ ਕੀਤੀ ਜਾਵੇ ਦੱਸਿਆ ਜਾਵੇ ਸਾਡਾ ਕੋਈ ਵੀ ਮਾਮਲਾ ਪੰਜਾਬ ਇਹ ਵੈਸੇ ਹੀ ਗੱਲਾਂ ਕਰਦਾ ਫਿਰਦਾ ਚੰਨੀ ਲੋਕਾਂ ਦਾ ਕੋਈ ਹੱਲ ਨਹੀਂ ਕਰਦਾ ਇਹ ਦਿਖਾਵਾ ਕਰ ਰਿਹਾ ਹੈ